ਪੂਰਬ ਉੱਤਰੀ ਸੀਰੀਆ ਦੇ ਦੀਰ ਆਜ ਜ਼ੋਰ ਗਵਰਨਮੈਂਟ ਵਿੱਚ ਅਲ ਉਮਰ ਤੇਲ ਅਤੇ ਕੋਨਿਕੋ ਗੈਸ ਖੇਤਰਾਂ ਚ ਸਥਿਤ ਅਮਰੀਕੀ ਟਿਕਾਣਿਆਂ ਦੇ ਸ਼ੁੱਕਰਵਾਰ ਰਾਤ ਰਾਕਟ ਦੇ ਨਾਲ ਹਮਲਾ ਕੀਤਾ ਗਿਆ ਸੂਤਰਾਂ ਨੇ ਦੱਸਿਆ ਕਿ ਕੋਨਿਕੋ ਟਿਕਾਣੇ ਤੇ 8 ਰਾਕਟ ਦਾਗੇ ਗਏ ਦੀਰ ਆਜ ਜ਼ੋਰ ਸੂਬੇ ਚ ਹੋਏ ਰਾਕਟ ਹਮਲੇ ਚ ਇੱਕ ਅਮਰੀਕੀ ਕਰਮਚਾਰੀ ਜ਼ਖਮੀ ਹੋਇਆ ਏ ਅਮਰੀਕੀ ਹਵਾਈ ਫੌਜ ਨੇ ਹਮਲੇ ਚ ਇਸਤੇਮਾਲ ਕੀਤੇ ਗਏ 3 ਡਰੋਨਾਂ ਚੋਂ 2 ਨੂੰ ਵਾੜ ਦੇ ਗਿਆਂ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਯੂਐਸ ਸੈਂਟਰਲ ਕਮਾਂਡ ਨੇ ਕਿਹਾ ਕਿ 24 ਮਾਰਚ ਨੂੰ ਪੂਰਬ ਉੱਤਰੀ ਸੀਰੀਆ ਚ ਮਿਸ਼ਨ ਸਪੋਰਟ ਸਾਈਟ ਗ੍ਰੀਨ ਵਿਲੇਜ ਕੰਪਾਊਂਡ ਵਿੱਚ 10 ਰਾਕਟਾਂ ਨੇ ਘੱਟਚੁੜ ਫੌਜ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਇਰਾਨ ਸਮਰਥਿਤ ਮਿਲੀਸ਼ੀਆ ਨੇ ਖੇਤਰ 'ਚ ਦੂਜੇ ਅਮਰੀਕੀ ਟਿਕਾਣਿਆਂ ਤੇ ਹਮਲਾ ਕਰਦਿਆਂ ਕਈ ਰਾਕਟ ਧਾਕੇ। ਹਮਲੇ 'ਚ ਅਮਰੀਕੀ ਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹੁਕਮਾਂ ਦੇ ਅਨੁਸਾਰ ਇੱਕ ਰਾਕਟ ਕੰਪਲੈਕਸ ਤੋਂ ਕਰੀਬ 5 ਕਿਲੋਮੀਟਰ ਦੂਰ ਇੱਕ ਘਰ ਤੇ ਡਿੱਗਾ ਜਿਸ ਦੇ ਨਾਲ ਘਰ ਨੂੰ ਨੁਕਸਾਨ ਪਹੁੰਚਿਆ ਅਤੇ ਦੋ ਔਰਤਾਂ ਤੇ ਦੋ ਬੱਚੇ ਜ਼ਖਮੀ ਹੋ ਗਏ।